ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪੰਜੀਰੀ। ਪੰਜੀਰੀ ਬਣਾਉਣ ਲਈ ਮੈਂ ਆਹ ਲਈ ਨੇ ਖਸਖਸ, ਮਗਜ਼ ਅਤੇ ਬਦਾਮ। ਇਹ ਤਿੰਨੇ ਚੀਜ਼ਾਂ ਮੈਂ 250-250 ਗ੍ਰਾਮ ਲਈਆਂ ਨੇ। ਹੁਣ ਮੈਂ ਮਗਜ਼ ਅਤੇ ਬਦਾਮ ਗ੍ਰਾਇੰਡ ਕਰਾਂਗਾ, ਇਹਨੂੰ ਮਿਕਸ ਪਾ ਕੇ ਗ੍ਰਾਇੰਡ ਕਰਨਾ, ਕਿਉਂਕਿ ਬਦਾਮ ਥੋੜ੍ਹੇ ਹਾਰਡ ਹੁੰਦੇ ਆ, ਮਗਜ਼ ਥੋੜ੍ਹੇ ਸੌਫਟ ਹੁੰਦੇ, ਤਾਂ ਉਹ ਮਿਕਸ ਕਰੋਗੇ, ਦੋਨਾਂ ਨੂੰ ਰਲਾ ਕੇ ਫਿਰ ਹੀ ਆਪਾਂ ਗ੍ਰਾਇੰਡ ਕਰਨਾ ਹੈ। 250 ਗ੍ਰਾਮ ਹੀ ਨਾਰੀਅਲ ਦਾ ਬਰਾਦਾ ਲਿਆ ਆ। ਉਸ ਤੋਂ ਇਲਾਵਾ ਮੈਂ ਚੀਨੀ ਲਈ ਆ, ਪੀਸੀ ਹੋਈ ਚੀਨੀ 1 ਕਿਲੋ, ਦੇਸੀ ਘੀ 2 ਕਿਲੋ, ਅਤੇ 2 ਕਿਲੋ ਮੈਂ ਇਹਦੇ ਵਿੱਚ ਆਟਾ ਲਿਆ ਹੈ। ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਆਟਾ ਪਾਉਣਾ ਆ ਅਤੇ ਉਸ ਨੂੰ ਪਕਾਉਣਾ ਆ, ਬਰਾਊਨ ਕਰਨਾ ਇਸ ਆਟੇ ਨੂੰ। ਤੁਸੀਂ ਦੇਖ ਸਕਦੇ ਹੋ ਸਭ ਤੋਂ ਵਧੀਆ ਬਣਾਉਣ ਦਾ ਤਰੀਕਾ ਇਹੀ ਆ ਕਿ ਚੁੱਲ੍ਹੇ 'ਤੇ ਬਣਾਵਾਂਗੇ ਆਪਾਂ, ਅਤੇ ਹੀਟ ਉਹਦੇ ਨਾਲ ਵਧੀਆ ਲੱਗਦੀ ਆ, ਅਤੇ ਥੋੜ੍ਹਾ ਪ੍ਰੋਸੈਸ ਵੀ ਇਹਦਾ ਹੈਗਾ 2 ਕੁ ਘੰਟੇ ਦਾ ਬਣਾਉਣ ਦਾ, ਅਤੇ ਵਧੀਆ ਬਣ ਜਾਂਦਾ ਹੈ। ਇਸ ਨੂੰ ਸ਼ੇਡ ਮਾਰਦੇ ਰਹਿਣਾ ਤਾਂ ਜੋ ਥੱਲੇ ਨਾ ਲੱਗੇ, ਇੱਦਾਂ ਸ਼ੇਡ ਮਾਰ ਕੇ ਹੀ ਇਹਨੂੰ ਪਕਾਉਣਾ ਆ। ਤੁਸੀਂ ਦੇਖ ਸਕਦੇ ਹੋ ਥੋੜ੍ਹਾ ਥੋੜ੍ਹਾ ਇਹ ਬਰਾਊਨ ਹੋ ਗਿਆ ਹੈ, 10 ਕੁ ਮਿੰਟ ਹੋਰ ਸੇਕ ਲਵਾਉਣਾ। 10 ਮਿੰਟ ਸੇਕ ਲਵਾਉਣ ਤੋਂ ਬਾਅਦ ਇਹ ਪੂਰਾ ਬਰਾਊਨ ਹੋ ਚੁੱਕਾ ਆ, ਅਤੇ ਹੁਣ ਆਪਾਂ ਇਸ ਨੂੰ ਇੱਕ ਭਾਂਡੇ ਵਿੱਚ ਕੱਢ ਲਾਂਗੇ। ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਾਊਨ ਹੋ ਚੁੱਕਾ ਹੈ, ਆਟਾ ਪੱਕ ਚੁੱਕਾ ਹੈ। ਹੁਣ ਆਪਾਂ ਨਾਰੀਅਲ ਦਾ ਬਰਾਦਾ ਲਵਾਂਗੇ। ਇੱਕ ਭਾਂਡੇ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਟਾ ਪਾ ਦੇਣਾ, ਜਿਹੜਾ ਪਕਾਇਆ ਹੋਇਆ ਬਰਾਊਨ ਕੀਤਾ ਹੈ, ਅਤੇ ਉਹਦੇ ਵਿੱਚ ਆਪਾਂ ਪਾਉਣਾ ਆ ਨਾਰੀਅਲ ਦਾ ਬਰਾਦਾ। ਬਰਾਦਾ ਚੰਗੀ ਤਰ੍ਹਾਂ ਵਿੱਚ ਮਿਕਸ ਕਰਨਾ ਆ। ਹੁਣ ਅਸੀਂ ਗ੍ਰਾਇੰਡ ਕੀਤੇ ਹੋਏ ਮਗਜ਼, ਬਦਾਮ ਅਤੇ ਖਸਖਸ ਨੂੰ ਇਹਦੇ ਵਿੱਚ ਮਿਕਸ ਕਰਨਾ ਆ। ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ, ਹੱਥ ਦੇ ਨਾਲ ਆਪਾਂ ਇਹਨੂੰ ਮਿਲਾ ਲੈਣਾ ਆ, ਪੂਰੀ ਤਰ੍ਹਾਂ ਹੱਥ ਦੇ ਨਾਲ ਹੀ ਮਿਕਸ ਹੋਏਗਾ। ਦੂਜੇ ਪਾਸੇ ਮੈਂ ਕੜਾਹੀ ਦੇ ਵਿੱਚ ਦੇਸੀ ਘੀ ਪਾ ਲਿਆ ਆ। ਦੇਸੀ ਘੇ ਨੂੰ ਗਰਮ ਕਰਨਾ ਆਪਾਂ, ਸਾਡਾ ਦੇਸੀ ਘੇ ਗਰਮ ਹੋ ਚੁੱਕਾ, ਇਹਦੇ ਵਿੱਚ ਆਪਾਂ ਚੀਨੀ ਪਾ ਦੇਣੀ ਆ, ਲੋੜ ਦੇ ਹਿਸਾਬ ਨਾਲ ਚੀਨੀ ਤੁਸੀਂ ਦੇਖ ਕੇ, ਘੱਟ ਵੱਧ ਹੋਵੇ ਤਾਂ ਬਾਅਦ ਵਿੱਚ ਵੀ ਪਾ ਸਕਦੇ ਹੋ। ਇਸ ਨੂੰ ਵਿੱਚ ਪਾ ਕੇ ਥੋੜ੍ਹਾ ਹਿਲਾ ਦੇਣਾ ਆ ਤਾਂ ਜੋ ਪੂਰੀ ਤਰ੍ਹਾਂ ਘੇ ਦੇ ਵਿੱਚ ਮਿਕਸ ਹੋ ਜਾਵੇ। ਫਿਰ ਆਪਾਂ ਇਸ ਘੇ ਨੂੰ ਘੇ ਦੇ ਵਿੱਚ ਇਹ ਸਾਰੀ ਸਮੱਗਰੀ ਪਾ ਦੇਣੀ ਆ, ਪੰਜੀਰੀ ਦੀ ਸਮੱਗਰੀ ਸਾਰੀ ਪਾ ਦੇਣੀ, ਅਤੇ ਇਸ ਨੂੰ ਥੋੜ੍ਹਾ ਜਿਹਾ ਪਾ ਕੇ ਪਹਿਲਾਂ ਹਿਲਾਉਣਾ ਆ, ਉਸ ਤੋਂ ਬਾਅਦ ਸਾਰਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਆ। ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਰਹੇ ਹਾਂ। ਇਸ ਤਰ੍ਹਾਂ ਸਾਡੀ ਇਹ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਆ। ਤੁਸੀਂ ਘਰ ਦੇ ਵਿੱਚ ਆਸਾਨ ਤਰੀਕੇ ਨਾਲ ਪੰਜੀਰੀ ਬਣਾ ਸਕਦੇ ਹੋ। ਮੇਰੀ ਇਹ ਵੀਡੀਓ ਵਧੀਆ ਲੱਗੀ, ਵੀਡੀਓ ਲਾਈਕ, ਜਿੰਨਾ ਹੋ ਸਕਦਾ ਸ਼ੇਅਰ, ਵੀਡੀਓ 'ਤੇ ਕਮੈਂਟ ਜ਼ਰੂਰ ਕਰਨਾ, ਦੱਸਣਾ ਕਿ ਕਿੱਦਾਂ ਦੀ ਇਹ ਵੀਡੀਓ ਲੱਗੀ ਤੁਹਾਨੂੰ, ਅਤੇ ਚੈਨਲ ਮੇਰੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਨਵੀਂ ਰੈਸਪੀ ਲੈ ਕੇ ਤੁਹਾਡੇ ਲਈ।